ਮੇਰੀ ਗੱਲ ਸੁਣ ਮੈਂ ਬਹੁਤ ਸੋਹਣੀ ਕੁੜੀ ਆ ਬਹੁਤ ਲੋਕਾਂ ਨੇ ਕਹਿਣਾ ਮੇਰੇ ਉਹ ਤਾਂ ਤੇਰੇ ਨਾਲ ਨਾ ਪੁਰਾਣੇ ਟਰੈਕਟਰ ਵੀ ਚੰਗੇ ਹੁੰਦੇ ਸੀ ਤੇਰੀ ਸ਼ਕਲ ਨਾਲ ਚੰਗਾਲ ਵੀ ਲੱਗਾ ਹੁੰਦੇ ਮੈਂ ਤੇਰੀ ਗੱਲ ਕੀਤੀ ਨੀ ਛਿਆਸੀ ਮਾਡਲ ਵਾਲਾ ਵੀ ਏਦੂ
ਪਾਣੀ ਬੱਠੀ ਕੱਢਣੀ ਓਏ ਇੱਕ ਮਿੰਟ ਮੈਂ ਪਹਿਲੇ ਪੁੱਛਿਆ ਕੀ ਹੈ ਮੰਗਣ ਜਾਏਗੀ ਇਹਦੇ ਜੀ ਉਹ ਖਲੋ ਜਾ ਓਏ ਕੀ ਹੈ ਛੱਲਾ ਸਰ ਓਏ ਐ ਕੀ ਹੈ ਹਾਈ ਸਰ ਤੁਹਾਨੂੰ ਡਫਲੀ ਕਹਿੰਦੇ ਕੋਲ ਨੇ ਓ ਮੈਂ ਡਫਲੀ ਨਹੀਂ ਡਫਲੀ ਦੇ ਵਿੱਚ ਜਿਹੜਾ ਆਟਾ ਮੰਗ ਕੇ ਲਈ ਆ ਉਹ ਕੀ ਹੈ ਕਿੱਥੇ ਹੈ ਉਹ ਤੇ ਸਰ ਬਣਾ ਕੇ ਰੋਟੀ ਵੀ ਖਾ ਲਈ ਹੁਣ ਤੇ ਤੈਨੂੰ ਕੀ ਲੱਗਾ ਮੈਨੂੰ ਨਹੀਂ ਪਤਾ ਡਫਲੀ ਇੰਨੀ ਸੋਹਣੀ ਇੱਕ ਤੋਂ ਸ਼ੁਰੂ ਕਰਤਾ ਤੂੰ ਪਾਰਟ ਟਾਈਮ ਬਿਜ਼ਨਸ ਹਾਂਜੀ ਸਰ ਕਰਨਾ ਹੀ ਪੈਣਾ ਸੀਗਾ ਤੁਹਾਨੂੰ ਪਤਾ ਫਿਰ ਬੋਲੀਆਂ ਦੇ ਨਾਲ ਸਰ ਵਧੀਆ 6 ਨੰਬਰ ਗਲੀ ਜ਼ਰੂਰ ਜਾਈ ਉੱਥੇ ਬੜਾ ਅੱਛਾ ਕੁਝ ਦਿੰਦੇ ਲੋ ਤੁਸੀਂ ਸਰ ਮੇਰਾ ਪ੍ਰੇਮ ਭਾਵ ਬਣਿਆ ਹੋਇਆ ਮੇਰੇ ਗਵਾਂਢੀ ਆ ਤੁਸੀਂ ਢੋਲਕੀ ਸਾਡਾ ਲੈਣ ਦੇ ਢੋਲਕੀ ਵਜਾਉਂਦੇ ਰਹੇ ਸਰ ਤੁਸੀਂ ਬੇਟਾ ਢੋਲਕੀ ਦੇ ਉੱਤੇ ਗੱਬੇ ਜਿਹੜਾ ਛੱਲਾ ਨਹੀਂ ਲੱਗਾ ਹੁੰਦਾ ਉਹਦੇ ਵਰਗਾ ਮੂੰਹ ਆ ਤੇਰਾ ਜਿਹੜੀਆਂ ਰੱਸੀਆਂ ਕੱਸ ਦਿੰਦਾ ਛੱਲਾ 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 ਵੇ ਮੇਰੇ ਅਜੇ ਵੀ ਉਹੀ ਵਜਾਈ ਜਾਣ ਦੀ ਜਦ ਇਹਦੇ ਕੋਲ ਇਹ ਆ ਹਾਈ ਸਰ ਬੇਟਾ ਐਵੇਂ ਅਸਰ ਨਹੀਂ ਬੰਦਾ ਬੰਦਾ ਨਾ ਜੀ ਛੱਲਾ 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 ਵੇ ਮੇਰੇ ਮਾਹੀ ਦਾ ਹੋ ਮੇਰੇ ਮਾਹੀ ਦਾ ਢੋਲ ਸਿਪਾਹੀ ਦਾ ਢੋਲ ਸਿਪਾਹੀ ਦਾ ਮੇਰੇ ਮਾਹੀ ਦਾ ਛੱਲਾ 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 ਵੇ ਮੇਰੇ ਮਾਹੀ ਦਾ ਓ ਸੱਚ ਸੱਚ ਇਸਮਾਇਲ ਦਰਬਾਰ ਜੀ ਤੇ ਇੱਥੇ ਖੜੇ ਇਹਨਾਂ ਤੇ ਮੇਰਾ ਧਿਆਨ ਹੀ ਨਹੀਂ ਗਿਆ ਓਏ ਤੂੰ ਵੀ ਇਨਸਟਰੂਮੈਂਟ ਲੈ ਆਇਆ ਤੂੰ ਵੀ ਇਨਸਟਰੂਮੈਂਟ ਲੈ ਆਏ ਹੋ ਸਰ ਇਹਨੂੰ ਤਾਂ ਮੈਂ ਹੀ ਲੱਗ ਦਿੱਤਾ ਗੱਜੀ ਹੁੰਦਾ ਇਹ ਥਾਣੇ ਦਾ ਨਾਮ ਸੱਭਿਆਚਾਰਕ ਚੌਂਕੀ ਰੱਖ ਦਈਏ ਮੈਂ ਨਾ ਤੇਰੇ ਚਰਖਾ ਮਾਰਨਾ ਮੂੰਹ ਤੇ ਘੁਮਾ ਕੇ ਤੈਨੂੰ ਮੈਂ ਦੱਸਾਂ ਉਦਾਂ ਵੀ ਗਾਣੇ ਗੁਣੇ ਗਾਉਂਦੇ ਹੀ ਰਹੀਦਾ ਉਹ ਗਾਣੇ ਇੱਕ ਐਂਟਰਟੇਨਮੈਂਟ ਅਲੱਗ ਗੱਲ ਆ ਤੁਸੀਂ ਤਾਂ ਪੱਕੇ ਇਨਸਟਰੂਮੈਂਟ ਲੈ ਆਏ ਆ ਮੈਂ ਸਰ ਬੋਲੀਆਂ ਮਿਊਜ਼ਿਕ ਬਿਨਾ ਸਵਾਦ ਨਹੀਂ ਸੀ ਨਾ ਆਉਂਦਾ ਜੀ ਹੈ ਮਿਊਜ਼ਿਕ ਬਿਨਾ ਸਵਾਦ ਨਹੀਂ ਮੈਂ ਤੇਰਾ ਚੌਥੇ ਗਾਣੇ ਗਾਲ ਪਾਲੀ ਜੀ ਲੈ ਮੈਂ ਚੌਥਾ ਗਾਣਾ ਗਿਆ ਤੇ ਪਹਿਲਾ ਗਾਣਾ ਆ ਗਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਮੂੰਹ ਤੇ ਆਟਾ ਲੱਗਾ ਜੀ ਆਟਾ ਨਹੀਂ ਜੀ ਇਹ ਬਹੁਤ ਵੱਡਾ ਘਾਟਾ ਪਿਆ ਅਸਾਂ ਘਾਟਾ ਪਿਆ ਹਾਂਜੀ ਹਾਂਜੀ ਮਾਫ ਕਰਨਾ ਸਰ ਮੈਂ ਪਛਾਣਨਾ ਨਹੀਂ ਚਾਹੁੰਦਾ ਤੁਹਾਨੂੰ ਵਿਜੇ ਕਾਲੀਆ ਜੀ ਮੈਂ ਕਿ ਮੈਂ ਚਾਹੁੰਦਾ ਹੀ ਨਹੀਂ ਪਛਾਣੋ ਨਾ ਜੀ ਤੱਕਾ ਹੈ ਹਾਂ ਜਰਾ ਅੱਗੇ ਘੱਟ ਹੋਇਆ ਤੁਹਾਡੇ ਨਾਲ ਉਹ ਤਾਂ ਕੁਦਰਤ ਦੀ ਕਿਰਪੀ ਹੈ ਅਮੀਰ ਲੱਗਦਾ ਜੀ ਅਮੀਰ ਹੈ ਅਮੀਰ ਜਿਹਾ ਲੱਗਦਾ ਅਸੀਂ ਕਾਂ ਨਹੀਂ ਮੇਰੇ ਪਾਸੋਂ ਅਮੀਰ ਲੱਗੋ ਕੋਟ ਪੈਂਟ ਹਾਲਾ ਤਾਂ ਬੂਟ ਉਹਨੇ ਇੰਨੇ ਸੋਹਣੇ ਪਾਏ ਜਿਹੜੀ ਚੀਜ਼ ਚੰਗੀ ਹੈ ਉਹ ਥੱਲੇ ਪਾਈ ਹੈ ਜਿਹੜੀ ਚੀਜ਼ ਮਾੜੀ ਉੱਤੇ ਲਾਈ ਭਾਜੀ ਇਹਨਾਂ ਨੂੰ ਮੂੰਹ ਤੇ ਲਾਓ ਇਹ ਥੱਲੇ ਰੱਖੋ ਮਰ ਜਾਓ ਜਣੇ ਮਰ ਜਾਓ ਜਣੇ ਤੇ ਮਰ ਜਾਓ ਫਿਰ ਮੈਨੂੰ ਪਤਾ ਸੀ ਤੈਨੂੰ ਇੱਥੋਂ ਦੀ ਇਹੀ ਵਰਡ ਮਿਲਣਾ ਤੇ ਤੂੰ ਇਹੀ ਗੱਲ ਕਰ ਰਹੀ ਹੈ ਹਾਂ ਇਧਰ ਉਹਨੇ ਕਿਹਾ ਮਰ ਜਾ ਮਾਰਾ ਤਰੇ ਮਾਰ ਦਈ ਓ ਤਮੀ ਨਾਲ ਮੈਂ ਕਦੀ ਲੇਡੀਜ਼ ਤੇ ਹੱਥ ਨਹੀਂ ਚੁੱਕਦਾ ਮੈਂ ਤੇ ਸਰ ਤੂੰ ਸ਼ੂਟਿੰਗ ਤੋਂ ਬਾਅਦ ਮਿਲੀ ਤੁਹਾਨੂੰ ਦੱਸਾਂ ਚਲੋ ਚਲੋ ਐਂਟਰੀ ਕਰੋ ਮੇਰੀ ਸ਼ੁਰੂ ਐਂਟਰੀ ਕਰੀਏ ਤੁਹਾਡੀ ਸ਼ੁਰੂ ਵਧੀਆ ਵਧੀਆ ਆਓ ਚਲੋ ਭੈਣ ਜੀ ਵਜਾਓ ਭੰਗੜਾ ਪਾਉਂਦੇ ਆਓ ਐਂਟਰੀ ਕਰਾਂਗੇ ਜੀ ਹਾਂ ਐਂਟਰੀ ਵਧੀਆ ਵਧੀਆ ਤੁਸੀਂ ਐਂਟਰੀ ਕਰਨੀ ਐਂਟਰੀ ਵਜਾਈਏ ਨਾ ਦੀ ਕਿਹੜੀ ਐਂਟਰੀ ਬਾਰੀ ਬਰਸੀ ਕਰਨ ਗਈ ਸੀ ਬਾਰੀ ਬਰਸੀ ਕਰਨ ਗਈ ਸੀ ਖੱਟਣ ਗਈ ਸੀ ਛਾਵੇਂ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਇਹ ਤੁਹਾਡੀ ਐਂਟਰੀ ਸੀ ਭਾਈ ਪਤਾ ਤੁਹਾਨੂੰ ਪਤਾ ਤੁਹਾਡੇ ਵਰਗੇ ਮੂੰਹ ਵਾਲੇ ਨਾ ਵੱਡੇ ਪੈਲਸਾਂ ਦੇ ਬਾਹਰ ਐਂਟਰੀ ਤੇ ਖੜੇ ਹੁੰਦੇ ਆ ਤੇ ਉਹ ਸੁੱਟਣ ਦੇ ਹੁੰਦੇ ਆ ਇੱਧਰ ਤੇ ਸਾਰਿਆਂ ਨੂੰ ਕਹਿਣ ਦਿੰਦੇ ਦੁਬਾਰਾ ਆਇਓ ਦੁਬਾਰਾ ਆਇਓ ਸਰ ਮੇਲੇ 'ਚ ਵੀ ਹੁੰਦੇ ਆ ਪਰਫਿਊਮ ਜਾਂ ਇੱਦਾਂ ਛੇੜ ਇਹੋ ਜਿਹੇ ਬੰਦੇ ਨਾ ਬੰਦੇ ਦੀ ਛੇੜ ਪਾ ਦਿੰਦੇ ਆ ਹੋਟਲ ਦੇ ਬਾਹਰ ਖੜੇ ਹੋਣਗੇ ਨਾ ਸਲੂਟ ਹੀ ਮਾਰੀ ਜਾਣਗੇ ਬਾਰ ਬਾਰ ਕਿ ਦੱਸ ਤੂੰ ਡੀ ਐਸ ਪੀ ਆ ਗਿਆ ਬੰਦਾ ਉੱਥੇ ਭਾਈ ਸਾਹਿਬ ਕੌਣ ਹੋ ਤੁਸੀਂ ਨਾ ਤੂੰ ਕੀ ਕਹਿ ਰਹੀ ਸੀ ਸਰ ਉਹ ਮੇਲੇ 'ਚ ਵੀ ਹੁੰਦੇ ਸਰ ਕਿਹੜੇ ਵਰਗੇ ਸਾਡੇ ਸਰ ਮੇਲਾ ਲੱਗਦਾ ਹੁੰਦਾ ਉੱਥੇ ਤੇ ਉੱਥੇ ਸਰ ਇਹਦੇ ਵਰਗਾ ਇੱਕ ਬੰਦਾ ਹੁੰਦਾ ਉੱਥੇ ਸਰ ਉਹ ਪਰਫਿਊਮ ਜਿਹਾ ਛਿੜਕ ਕੇ ਬੈਠ ਜਾਂਦਾ ਫ੍ਰੀ ਦਾ ਪਰਫਿਊਮ ਛਿੜਕ ਕੇ ਸਾਰੇ ਬੰਦੇ ਤੁਹਾਡੇ ਘਰ ਹੀ ਹੁੰਦੇ ਆ ਉਹਦੇ ਸਰ ਪਰਫਿਊਮ ਪਾ ਦਿੰਦਾ ਸਾਰਾ ਉਹ ਜਿਹੜੇ ਅਤਰ ਦੀ ਗੱਲ ਕਰਦੇ ਇਹਦੇ ਛਿੱਤਰ ਪੈਣ ਵਾਲੇ ਆ ਥੋੜਾ ਤੇ ਪਿੱਤਰ ਹੋ ਜਾ ਮੈਡਮ ਤੁਸੀਂ ਮੈਨੂੰ ਜਾਣਦੇ ਨਹੀਂ ਮੇਰਾ ਨਾਮ ਬਹੁਤ ਵੱਡਾ ਤੁਹਾਡਾ ਨਾਮ ਵੱਡਾ ਛੋਟਾ ਕਰਾਓ ਇੱਥੇ ਸਰਕਾਰ ਨੇ ਤੇ ਦੱਸਤਾ ਹੁਣ ਕਿ ਆਧਾਰ ਕਾਰਡ ਤੇ ਆ ਜਾਂਦਾ ਆ ਜਾਂਦਾ ਆ ਜਾਂਦਾ ਆ ਜਾਂਦਾ ਉਹ ਹੈਗਾ ਦੱਸਿਓ ਉਹਨੂੰ ਕਿ ਮੈਂ ਵੀ ਆਇਆ ਸੀ ਯਾਰ ਪਿੱਛੇ ਹੀ ਵਿਜੇ ਕਾਲੀਆ ਵਿਜੇ ਕਾਲੀਆ ਯਾਰ ਇਹ ਨਾ ਕੁਛ ਸੁਣਿਆ ਨਹੀਂ ਲੱਗ ਰਿਹਾ ਇੱਕ ਮਿੰਟ ਨਹੀਂ ਉਹ ਨਾ ਤੁਸੀਂ ਹੋਰ ਸੁਣਿਆ ਹੋਣਾ ਅੱਛਾ ਉਹ ਕਾਲੀਆ ਕਿਤਨੇ ਆਦਮੀ ਦੋ ਵਾਲਾ ਨਹੀਂ ਅੱਛਾ ਮੈਂ ਵਿਜੇ ਕਾਲੀਆ ਉਹ ਤਾਂ ਸਾਡੇ ਇੱਕ ਹੋਰ ਵੀ ਹੈਗੇ ਇਦਾਂ ਦੀ ਪਰਸਨੈਲਿਟੀ ਉਹ ਅੱਜ ਕੱਲ੍ਹ ਬਾਹਰ ਨੇ ਤੇ ਥੋੜੇ ਜੇ ਹੱਥੋਂ ਵੀ ਬਾਹਰ ਨੇ ਤੇ ਉਹ ਕਿਤੇ ਉਹਨਾਂ ਦੇ ਨਾਲ ਤੁਹਾਡਾ ਕੀ ਰਿਲੇਸ਼ਨ ਉਹਨਾਂ ਨਾਲ ਹੋ ਨਹੀਂ ਸਕਦਾ ਉਹ ਤੇ ਗੋਰੇ ਬੜੇ ਮੇਰੇ ਮਾਮਾ ਜੀ ਦਾ ਨਾਮ ਵੀ ਵਿਜੇ ਹੈ ਸਰ ਤੁਹਾਡੇ ਮਾਮਾ ਜੀ ਦਾ ਨਾਮ ਵਿਜੇ ਹੈ ਡੈਡੀ ਕੰਮ ਤੇ ਉਹ ਸਾਈਕਲਾਂ ਦਾ ਕਰਦਾ ਰਿਹਾ ਵਿਜੇ ਤੇ ਉਹਨੂੰ ਕਿਸੇ ਕੰਮ 'ਚ ਨਹੀਂ ਪ੍ਰਾਪਤ ਹੋਈ ਡੈਡੀ ਵੀ ਉਹਨੂੰ ਵਿਜੇ ਨਹੀਂ ਕਹਿੰਦੇ ਉਹਨੂੰ ਵਿਜੇ ਸਾਲਿਆ ਕਹਿੰਦੇ ਹੁੰਦੇ ਵਿਜੇ ਸਾਲਿਆ ਕਿਉਂਕਿ ਉਹ ਡੈਡੀ ਦੇ ਸਾਲੇ ਲੱਗਦੇ ਨੇ ਫਿਰ
ਪਰ ਜਿੱਦਾਂ ਦੀ ਤੁਹਾਡੀ ਸ਼ਕਲ ਹੈ ਮੈਡਮ, ਤੁਹਾਡੇ ਨਾਂ ਤਾਂ ਇੱਦਾਂ ਬਿੱਟੂ, ਟੋਨੀ, ਕੋਨੋ, ਮੋਨੋ, ਹਾਂ ਇਹ ਹੋ ਜਾਂਦਾ। ਮੇਰਾ ਨਾਮ ਟੋਨੀ ਹੈ ਵੈਸੇ, ਖੁਸ਼ ਤੁਸੀਂ। ਇਹ ਵੈਸੇ ਤੁਸੀਂ ਸ਼ਕਲ ਤੋਂ ਖਿਲਾਫ ਕਿਉਂ ਕੋਟ ਪਾਇਆ? ਇਹ ਬਰਾਉਨ ਹੈ ਜੀ, ਬਰਾਉਨ। ਅੱਛਾ 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 ਜੀ, ਬਰਾਉਨ। ਮੈਂ ਕਿੱਥੋਂ ਮਿਲਿਆ ਤੁਹਾਨੂੰ ਇਹ, ਕਿੰਨੇ ਹੱਥ ਲਾਣ ਦਿੱਤਾ ਤੁਹਾਨੂੰ? ਜੀ ਮੇਰਾ ਖੁਦ ਹੈ। ਤੁਹਾਡਾ ਆਪਣਾ? ਜੀ ਜੀ। ਅੱਛਾ ਅੱਛਾ, ਕਾਹਦੇ ਵਾਸਤੇ ਮਤਲਬ? ਕੋਟ ਪਾਉਣ ਵਾਸਤੇ ਹਜੇ, ਹੋਰ ਦਿਖਾਉਣ ਵਾਸਤੇ ਥੋੜੀ ਹੈ। ਅੱਛਾ ਅੱਛਾ, ਇਹ ਵੀ ਚਲੋ ਠੀਕ ਆ। ਹਾਂ ਜੀ, ਦੇਖਣ ਨੂੰ ਸੋਹਣਾ ਵੀ ਲੱਗਦਾ ਵੈਸੇ। ਤੇ ਆਪਣਾ ਸਾਲਿਆ ਸਾਹਿਬ, ਉਹ ਆਪਣਾ ਕਾਲਿਆ ਸਾਹਿਬ, ਕਾਲੇ ਸਾਹਿਬ, ਵਿਜੇ ਕਾਲਿਆ? ਹਾਂ ਵਿਜੇ ਕਾਲਿਆ ਸਾਹਿਬ। ਤੇ ਕਾਲਿਆ ਸਾਹਿਬ ਦੱਸੋ ਕਿਉਂ ਆਣਾ ਹੋ ਗਿਆ? ਮੈਂ ਇੱਥੇ ਲੋਨ ਲੈਣਾ ਹੈ। ਕੀ ਲੈਣਾ ਹੈ? ਲੋਨ? ਮੈਨੂੰ ਲੱਗਦਾ ਲੋਨ ਨਹੀਂ, ਤੁਸੀਂ ਧੌਣ ਬਣਾਉਣ ਆਏ ਹੋ ਆਪਣੀ। ਇਹ ਤੁਹਾਨੂੰ ਕੋਈ ਬੈਂਕ ਲੱਗਣ ਡਿਆ? ਬਾਹਰ ਕੀ ਲਿਖਿਆ? ਥਾਣਾ ਪਬਲਿਕ ਬੈਂਕ ਲਿਖਿਆ। ਬਹੁਤ ਸਾਰੀਆਂ ਜਗ੍ਹਾ ਤੋਂ ਲੋਨ ਲੈ ਲਿਆ। ਉਹ ਵੀ ਮੈਨੂੰ ਨੀ ਪਤਾ ਲੱਗਾ, ਕੀ ਗਿਆ ਤੂੰ ਦੁਬਾਰਾ ਕਹਿ। ਬਹੁਤ ਸਾਰੀਆਂ ਜਗ੍ਹਾ ਤੋਂ ਲੋਨ ਲੈ ਲਿਆ ਮੈਂ। ਬਹੁਤ ਸਾਰੀਆਂ ਜਗ੍ਹਾ ਤੋਂ ਲੋਨ ਲੈ ਲਿਆ? ਕੁਛ ਤਾਂ ਉਹਨਾਂ ਨੇ ਵੀ ਲਿਆ ਸੀ, ਉਹਨਾਂ ਨੇ ਵੀ, ਉਹਨਾਂ ਦਾ ਵੀ ਪਤਾ ਸਾਨੂੰ, ਆਦਤਾਂ ਤੁਹਾਡੀਆਂ ਸੇਮ ਹੀ ਹੈ। ਮੈਂ ਸੋਚਿਆ ਹੁਣ ਇੱਥੋਂ ਲੈ ਕੇ ਜਾਵਾਂ। ਅੱਛਾ, ਇੱਥੋਂ ਲੋਨ ਲੈ ਕੇ ਜਾਵਾਂ? ਦੇਖੋ ਇੱਥੇ ਲੋਨ ਤੁਹਾਨੂੰ, ਹਾਂ ਕੀ ਕਹਿ ਰਹੇ ਸੀ? ਇਹ ਆਖਰੀ ਖੰਗ ਸੀ ਤੁਹਾਡੀ? ਨਹੀਂ, ਸੱਚੀ ਦੀ ਖੰਗ ਸੀ। ਅੱਛਾ, ਹਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਲੋਨ ਲੈਣਾ, ਹਾਂਜੀ, ਸਾਡੇ ਤੋਂ ਲੋਨ ਮਿਲ ਜਾਏਗਾ, ਲੋਨ ਦੀ ਕੋਈ ਦਿੱਕਤ ਨਹੀਂ ਹੈ। ਪਰ ਲੋਨ ਹੁੰਦਾ ਸਾਡਾ ਪਟਿਆਂ 'ਚ, ਤੇ ਉਹਦਾ ਵਿਆਜ ਬੜਾ ਹੁੰਦਾ। ਤੁਹਾਡੇ ਕੋਲ ਵਿਆਜ ਨਹੀਂ ਦਿੱਤਾ ਜਾਣਾ? ਕੀ ਇੱਕ ਪਟੇ ਦਾ ਵਿਆਜ ਕੀ ਹੈ? ਇੱਕ ਪਟੇ ਦਾ ਵਿਆਜ 3 ਪਟੇ? ਨਹੀਂ, ਪਟੇ ਤਾਂ ਮੇਰੇ ਬਹੁਤ ਵਧੀਆ। ਦੇਖੋ ਹੇਅਰ ਸਟਾਈਲ ਦੇਖੋ, ਬਹੁਤ ਵਧੀਆ, ਮੈਂ ਮੁੰਡਾ ਪਟੇ ਆ। ਤੁਹਾਨੂੰ ਇਹ ਨਹੀਂ ਨਾ ਪਤਾ, ਇਹੀ ਪਟੇ ਫੜ ਕੇ ਪਟੇ ਫੇਰਨੇ ਹੁੰਦੇ ਆ। ਇੱਥੋਂ ਫੜ ਲਈ ਤਾਂ ਬੰਦਾ ਹਿਲਦਾ ਨਹੀਂ ਫਿਰ। ਮੂਲ ਕਿੰਨਾ ਪਟੇ ਦਾ ਹੈ? ਮੂਲ ਕਿੰਨਾ? ਮੂਲ ਜਦੋਂ ਨਵਾਂ ਲਿਆ ਸੀ ਉਦੋਂ ਤਾਂ ਸੀਗਾ 3000 ਦਾ। ਅੱਛਾ, ਹੁਣ ਇੰਨਾ ਕੁ ਕੁੱਟਿਆ ਉਹਦੇ ਨਾਲ ਲੋਕਾਂ ਨੂੰ ਕਿ ਹੁਣ ਉਹ ਘਸ ਘਸ ਕੇ ਰਹਿ ਗਿਆ 1500 ਦਾ। ਤੇ ਜੇ ਆਪਦਾ ਨਵਾਂ ਲੈਣਾ ਹੋਵੇ ਮੂਲ? ਕੀ ਮੂਲ? ਮਤਲਬ ਪਟੇ? ਓਏ ਉਹ ਉਹ ਮੂਲੀਆਂ ਖਾ ਕੇ ਮਹਿਫਲ ਖਰਾਬ ਕਰਨ ਵਾਲਿਆ, ਕੀ ਕੀ ਪੁੱਛਣ ਡਿਆ ਤੂੰ? ਮੈਂ ਕਹਿ ਰਿਹਾ ਵੀ ਪਟੇ ਦਾ ਫਿਰ ਜਿੰਨਾ ਵਿਆਜ ਹੋਊਗਾ ਮੈਂ ਖੁਦ ਭਰ ਲਊਂਗਾ ਆਪੇ। ਯਾਰ ਤੁਹਾਨੂੰ ਕਿਹੜਾ ਲੋਨ ਚਾਹੀਦਾ? ਤੁਸੀਂ ਤਾਂ, ਮੈਂ ਇੱਥੇ ਤੁਹਾਨੂੰ ਪਟਿਆਂ ਦਾ ਲੋਨ ਦੇਣ ਦੇ, ਤੁਸੀਂ ਪਟਿਆਂ ਦਾ ਲੋਨ ਲੈਣ ਲੱਗ ਪਏ। ਮੈਂ ਲੋਨ ਸਲਾਦ ਤੇ ਪਾਉਣ ਵਾਲਾ ਲੋਨ ਲੈਣਾ, ਬਹੁਤ ਅਮੀਰ ਬੰਦਾ ਮੈਂ। 10 ਰੁਪਏ ਦੀ ਗੁੱਤੀ ਆਈ। ਸਲਾਦ ਤੇ ਪਾਉਣ ਵਾਲਾ ਲੋਨ ਲੈਣ ਆਏ ਹੋ ਤਾਂ ਤੁਸੀਂ ਇੱਥੇ ਲੋਨ ਲੈਣਾ? ਤੁਸੀਂ ਕਾਲਾ ਲੋਨ ਲਾਉਣਾ, ਤੁਸੀਂ ਕਾਲੇ ਹੈਗੇ ਤੇ ਫਿਰ ਲੈਣ ਦੀ ਕੀ ਲੋੜ ਹੈ? ਫਿਰ ਇੱਥੋਂ ਲਾ ਕੇ ਵੀ ਪਾ ਸਕਦਾ। ਨਹੀਂ ਉਹ ਪਤਾ ਨਹੀਂ ਲੱਗਦਾ ਮੈਂ ਪਾਇਆ ਕਿ ਨਹੀਂ, ਦੇਖਦਾ ਨਹੀਂ, ਪਤਾ ਹੀ ਨਹੀਂ। ਪਤਾ ਤੇ ਜੀ ਸਮਝ ਨਹੀਂ। ਮੈਂ ਸਲਾਦ ਚ ਕੀ ਖਾਣਾ ਪਸੰਦ ਕਰਦੇ ਤੁਸੀਂ? ਖੀਰੇ? ਖੀਰੇ? ਹੋਰ? ਮੂਲੀ? ਮੂਲੀ? ਗਾਜਰਾਂ ਵੀ ਖਾ ਲਈਆਂ? ਗਾਜਰਾਂ ਵੀ ਖਾ ਲਈਆਂ? ਹਾਂ, ਲੱਗਦਾ ਨਹੀਂ ਨਾ ਮੈਨੂੰ। ਅੱਛਾ ਸਰ, ਮੈਨੂੰ ਇੱਕ ਚੀਜ਼ ਦਾ ਵੀ ਨਹੀਂ ਦਿਖਣ ਡਿਆ ਤੁਹਾਡੇ ਅੰਦਰ। ਕਿਉਂ? ਤੁਹਾਡੇ ਘਰ ਕਿੰਨੇ ਕੁ ਮਤਲਬ ਕਿੰਨੇ ਕੁ ਪਾਣੀ ਦਾ ਕਿੰਨਾ ਕੁ ਹੈਗਾ? ਕਿੰਨੇ ਟਾਈਮ ਪਾਣੀ ਆਉਂਦਾ? ਪਾਣੀ 24 ਘੰਟੇ? 24 ਘੰਟੇ? ਜੀ ਜੀ। 1 ਮਿੰਟ ਨਹੀਂ ਲੱਗਦਾ ਤੈਨੂੰ ਕਿ ਮੈਂ ਨਹਾ ਲਵਾਂ? ਵਿੱਚੋਂ ਕੱਢ ਕੇ 1 ਮਿੰਟ ਮੈਂ ਨਹਾ ਲਵਾਂ, ਥੋੜਾ ਫਰੈਸ਼ ਹੋ ਜਾਵਾਂ? ਮੈਂ ਬੰਦੇ ਰੱਖੇ ਨਵਾਉਣ ਲਈ। ਅੱਛਾ, ਤੁਹਾਨੂੰ ਬੰਦੇ ਨਵਾਉਂਦੇ ਆ? ਜੀ। ਇੱਕ ਦਿਨ ਸਰ ਉਹ ਮੂੰਹ ਸਾਫ ਕਰ ਜਾਂਦੇ, ਇੱਕ ਦਿਨ ਹੱਥ ਸਾਫ ਕਰ ਜਾਂਦੇ। ਤੁਹਾਡੇ ਪਿੰਡੇ ਨੂੰ ਹੱਥ ਲਾਉਣ ਦਾ ਮੈਨੂੰ ਲੱਗਦਾ ਕਰੋੜਾਂ ਰੁਪਈਆ ਲੈ ਲੈਂਦੇ ਹੋਣੇ, ਜਿੰਨਾ ਗੰਦ ਤੁਹਾਡੇ ਤੇ। ਤੇ ਦੇਈਦਾ ਜੀ ਕਰੋੜਾਂ ਰੁਪਈਆ? ਤੁਸੀਂ ਕਰੋੜਪਤੀ ਹੋ? ਮੇਰੀਆਂ ਫੈਕਟਰੀਆਂ ਚੱਲਦੀਆਂ ਆਪਣੀਆਂ, ਇੱਕ ਜਗ੍ਹਾ ਨਹੀਂ ਖੜੀ ਰਹਿੰਦੀ। ਮਤਲਬ ਫੈਕਟਰੀਆਂ ਤੇ ਫੈਕਟਰੀਆਂ ਚੱਲਦੀਆਂ, ਕਿਤੇ ਤੁਰ ਪੈਂਦੀਆਂ? ਮੇਰੀ ਇੱਕ ਕੱਪੜੇ ਦੀ ਫੈਕਟਰੀ ਆ, ਕੋਲੇ ਦੀ ਫੈਕਟਰੀ ਆ। ਕੱਪੜੇ ਦੀ ਫੈਕਟਰੀ ਆ ਤੁਹਾਡੀ? ਹਾਂਜੀ। ਮੂੰਹ ਤਾਂ ਲੈ ਕੇ ਫਿਰਿਆ ਕਰੋ ਅਗਲੀ ਫੈਕਟਰੀ 'ਚੋਂ ਕੱਪੜਾ ਲੈ ਕੇ ਨਾ, ਇੱਦਾਂ ਬੰਨ ਕੇ ਨਾ। ਕਈ ਵਾਰੀ ਸਾਹਮਣੇ ਕੋਈ ਘੱਟ ਦੇਲ ਵਾਲਾ ਵੀ ਆਣ ਡਿਆ ਹੁੰਦਾ। ਐਵੇਂ ਗੰਦ ਕੋਲੇ 'ਚ ਵੱਜਣਾ? ਹਾਂ। ਅੱਖਾਂ 'ਤੇ ਚਸ਼ਮਾ ਲਾ ਕੇ ਦੁਨੀ ਦਾ। ਅੱਛਾ ਅੱਛਾ, ਹੋਰ ਕਾਹਦੀ ਫੈਕਟਰੀ? ਕੋਲੇ ਦੀ ਆ। ਕਿਹਦੀ? ਕੋਲੇ ਦੀ। ਉਹਦੀ ਤਾਂ ਬਣਦੀ ਵੀ ਆ, ਉਹ ਸ਼ੁਰੂਆਤ ਵੀ ਤੁਸੀਂ ਆਪਣੇ ਆਪ ਤੋਂ ਕੀਤੀ ਹੋਣੀ ਕਿ ਚਲੋ ਘਰੋਂ ਥੋੜ੍ਹਾ ਜਿਹਾ ਉਹ ਪਾਈਏ, ਕੀ ਕਹਿੰਦੇ ਹੁੰਦੇ, ਇਨਵੈਸਟਮੈਂਟ। ਕੋਲੇ ਦੀ ਫੈਕਟਰੀ ਆ ਮੇਰੀ ਇੱਕ, ਤੇਲ ਦੀ ਫੈਕਟਰੀ। ਕੋਲੇ ਦੀ ਫੈਕਟਰੀ ਹੈ ਜੀ? ਆ ਕੋਲੇ ਹੋ ਕੇ ਗੱਲ ਸੁਣੀ ਮੇਰੀ? ਹਾਂ। ਇਹ ਕੋਲੇ ਕੋਲੇ ਨਾ ਕਿਸੇ ਹੋਰ ਨੂੰ ਦੱਸੀ ਸਾਨੂੰ ਫੈਕਟਰੀਆਂ ਨਾ ਗਣਾ ਇੱਥੇ, ਸਮਝ ਆਈ ਤੈਨੂੰ? ਕੋਲੇ ਫੈਕਟਰੀ, ਹੋਰ? ਤੁਹਾਨੂੰ ਪਤਾ ਮੈਂ ਕਿੰਨਾ ਅਮੀਰ ਬੰਦਾ? ਕਿੰਨਾ? ਲੈ ਤੈਨੂੰ ਪਤਾ ਮੈਂ ਕਿੱਡਾ ਸਖਤ ਪੁਲਿਸ ਵਾਲਾ ਹੈ ਜਨਾਬ, ਅਮੀਰ ਲੈਣ ਤਾਂ ਲੂਣ ਆਇਆ ਜੀ। ਇਸੇ ਕਰਕੇ ਮੈਂ ਇਦਾਂ ਦੇ ਵਧੀਆ ਆਪਣੇ ਰੱਖੇ ਨਾਲ। ਬਸ ਅਗਲੇ ਸਾਲ ਇਦਾਂ ਤੂੰ ਅਮੀਰ ਆ, ਤੇਰੇ ਕੋਲ ਲੋਨ ਦੀ ਗੁੱਥੀ ਨਹੀਂ ਲਈ ਜਾਂਦੀ। ਮੈਂ ਇਧਰੋਂ ਲੰਘਣ ਜਾਣ ਡਿਆ ਸੀ, ਦੁਕਾਨ ਤੋਂ ਮਿਲਿਆ ਨਹੀਂ। ਤੂੰ ਲੰਘਣ ਕਿਉਂ ਜਾਣ ਡਿਆ ਇਧਰੋਂ? ਵੈਸੇ ਹੀ ਕਹਿੰਦਾ ਮੈਂ ਸਾਰਿਆਂ ਤੋਂ ਲੋਨ ਲਿਆ ਵਾ। ਓਏ ਓਏ, ਮੈਂ ਹੋਰ ਗੱਲ ਕੀਤੀ ਸੀ। ਗੱਲਾਂ ਨਹੀਂ ਕੱਢਣੀਆਂ ਹੁੰਦੀਆਂ, ਆਪਣਾ ਵੀ ਕੁਝ ਕਹਿਣਾ ਹੁੰਦਾ ਉਹਨੂੰ। ਉਹ ਹੋਰ ਗੱਲ ਕੀਤੀ ਸੀ। ਹਾਂ ਚੱਲ ਚੱਲ।
ਮੈਂ ਲੋਨ ਲੈਣਾ ਇੱਥੋਂ ਮੈਂ ਕਿਹਾ ਯਾਰ ਕੁਝ ਖਾ ਲਈਏ ਕੁਝ ਕੇ ਲਿਆ ਨਾ ਸਲਾਦ ਕੱਟਿਆ ਸੀ ਮੈਂ ਤੇ ਮੈਂ ਕਿਹਾ ਯਾਰ ਮੈਨੂੰ ਨਹੀਂ ਆਇਆ ਲੱਗਦਾ ਤੁਹਾਡੇ ਗਾਜਰ ਫਸ ਗਈ ਹੋਈ ਸਲਾਦ ਦੀ ਪਹਿਲਾਂ ਸਲਾਦ ਤੇ ਨੰਗਾ ਲਓ ਪਹਿਲਾਂ ਉਹੀ ਦਾ ਪੰਗਾ ਪੈ ਗਿਆ ਮੈਂ ਕਿਹਾ ਚੱਲ ਲੂਣ ਇੱਥੋਂ ਲੈ ਲੱਗ ਤੇ ਰਹਿਣ ਦੇ ਇਹਦੇ ਨਾਲ ਗੱਲ ਹੀ ਨਹੀਂ ਕਰਨੀ ਯਾਰ ਲੂਣ ਉਹਨੇ ਪਾਣੀ ਵਿੱਚ ਪਾ ਕੇ ਉਹ ਗਲਾਸ ਹਾਂਜੀ ਉਹ ਟੁੱਟੇ ਕਲਚ ਕੱਚ ਦੇ ਗਲਾਸ ਕੀ ਉਹਦੇ ਦੁਆਲੇ ਹੋ ਗਈ ਐ ਐਡੀ ਵਧੀਆ ਤੂੰ ਸਾਜ਼ ਲੈ ਕੇ ਆਈ ਆ ਨਾ ਸੁਣਾ ਤੂੰ ਕੋ ਗਾਣਾ ਤਾਂ ਮੈਨੂੰ ਸੁਣਾਇਆ ਨਹੀਂ ਲੈ ਕਿਹੜਾ ਸੁਣਾਉਂਦਾ ਕਾਲਿਆ ਸਾਹਿਬ ਗਾਣਾ ਸੁਣਨਾ ਹਾਂਜੀ ਹਾਂਜੀ ਘਰੇ ਸੀਡੀ ਤੇ ਸੁਣੋ ਇੱਥੇ ਕੋ ਉਹ ਨਹੀਂ ਲੱਗੀ ਮਹਿਫਲ ਨਹੀਂ ਦਫਾ ਹੋ ਗਏ ਚਲੋ ਨਿਕਲੋ ਹਾਂਜੀ ਅੱਛਾ ਇੱਥੇ ਸੁਣਨਾ ਇੱਥੇ ਸੁਣ ਲਓ ਕੋਈ ਗੱਲ ਨਹੀਂ ਹਾਂ ਕੋਰ ਸਾਹਿਬ ਆਇਓ ਜਰਾ ਨਾਲ ਇਹ ਸਾਡੇ ਆਪਣਾ ਤੇਜਵੰਤ ਕਿੱਟੂ ਸਾਹਿਬ ਨੂੰ ਜਾਣਦੇ ਮਿਊਜ਼ਿਕ ਕੰਪੋਜ਼ਰ ਹਾਂਜੀ ਹਾਂਜੀ ਹਨ ਉਹਨਾਂ ਦਾ ਸਟੂਡੀਓ ਦਾ ਦਰਵਾਜ਼ਾ ਖੋਲਦੇ ਬਾਹਰ ਜਦੋਂ ਉਹਨਾਂ ਨੇ ਸਵੇਰੇ ਆਣਾ ਬਹੁਤ ਅੱਛਾ ਉਹਨਾਂ ਨੇ ਬਾਹਰ ਖੜੇ ਹੋ ਕੇ ਸਿੱਖਿਆ ਥੋੜਾ ਬਹੁਤ ਸਰੀਲਾ ਬੱਚਾ ਬਹੁਤ ਹਾਂਜੀ ਸਰ ਹਾਂਜੀ ਇਹ ਉਹ ਡਮਰੂ ਖਾ ਗਏ ਸੀ ਉਹਨਾਂ ਦਾ ਹਾਂ ਹੁਣ ਦੇਖੋ ਭੈਣ ਜੀ ਨੇ ਬੁੱਲਾਂ ਨਾਲ ਮੱਖੀ ਮਾਰਨੀ ਹੈ ਉਹ ਤੁਹਾਨੂੰ ਖਵਾਉਣੀ ਬਾਅਦ ਚ ਮਾਰਦਾ ਚਲੋ ਖਾਣ ਪੀਣ ਦੀਆਂ ਗੱਲਾਂ ਬਾਰੀ ਬਰਸੀ ਕੱਟਣ ਗਈ ਸੀ ਬਾਰੀ ਬਰਸੀ ਕੱਟਣ ਗਈ ਸੀ ਕੱਟਣ ਗਈ ਨੂੰ ਫਿਕਰ ਪੈ ਗਿਆ ਜੁਨੇ ਦੀ ਕਾਜ ਦਾ ਕਾਜ ਦਾ ਵੇ ਤੂੰ ਪਾਣੀ ਵੀ ਬ੍ਰਾਂਡਡ ਪੀਣਾ ਹੈ ਮੇਰੇ ਬਾਪੂ ਨੂੰ ਫਿਕਰ ਮੇਰੇ ਦਾਜ ਦਾ ਵੇ ਤੂੰ ਪਾਣੀ ਵੀ ਬ੍ਰਾਂਡਡ ਪੀਣਾ ਹੈ ਮੇਰੇ ਬਾਪੂ ਨੂੰ ਫਿਕਰ ਮੇਰੇ ਦਾਜ ਦਾ ਦਾਜ ਤਾਂ ਪੁੱਤਰ ਆਪੇ ਫਿਕਰ ਹੋਣਾ ਕਿਉਂਕਿ ਕੁੜੀ 'ਚ ਕੁਆਲਿਟੀ ਹੈ ਨਹੀਂ ਕੋਈ ਕੁੜੀ 'ਚ ਕੁਆਲਿਟੀ ਹੋਏ ਅਗਲੇ ਕਹਿੰਦੇ ਸਾਨੂੰ ਦਾਜ ਚਾਹੀਦਾ ਨਹੀਂ ਉਹਨੂੰ ਤੇਰੇ ਵੱਲ ਜਿੰਨਾ ਜੇ ਤੇਰਾ ਵਿਆਹ ਤੇਰੇ ਪਿਓ ਨੇ ਕਰਨਾ ਨਾ ਉਹਨੂੰ ਕਹੇ ਜਿੰਨਾ ਦਾਜ ਹੋ ਸਕਦਾ ਜੋੜ ਕਿਉਂਕਿ ਉਹ ਵੀ ਘੱਟ ਪੈਣਾ ਮੌਕੇ ਤੇ ਆਈ ਸ਼ਕਲ ਉਹ ਜੀ ਸਹੀ ਗੱਲ ਹੈ ਇੱਡੀ ਵੱਡੀ ਬਲਾਟ ਕਿਹਨੇ ਸਾਂਭਣੀ ਆ ਅੱਛਾ ਦਾਜ ਜਦੋਂ ਟਰੱਕ 'ਚ ਚੜਾਓ ਨਾ ਇੱਕ ਸੋਫਾ ਫਾੜ ਜਾਂਦਾ ਵਿੱਚੋਂ ਉਹਦੇ ਵਰਗਾ ਮੂੰਹ ਆ ਤੇਰਾ